26 ਜਨਵਰੀ 1954 ਹਉ ਮਤ ਮੰਦ ਚਰਨ ਸਰਣਾਗਤ ਕਰ ਗਹਿ ਲੇ ਉਬਾਰੀ। ਕਿਸੇ ਕੋਲ ਜਾ ਕੇ ਆਪਣੀ ਬਾਬਤ ਤਰਸ ਦੀ ਫੀਲਿੰਗ ਅਹਿਸਾਸ ਪੈਦਾ ਕਰਨੀ ਠੀਕ ਨਹੀਂ ਹੈ, ਇਹ ਘਟੀਆਪਨ ਪੈਦਾ ਕਰੇਗਾ। ਜੇ ਅਸੀਂ ਕਿਸੇ ਦੁਨੀਆਦਾਰ ਅੱਗੇ ਜਾ ਕੇ ਮੱਥਾ ਟੇਕਾਂਗੇ ਤਾਂ ਆਪਣੇ ਮਨ ਵਿੱਚ ਪੈਦਾ ਕਰਾਂਗੇ। ਜਦ ਅਸੀਂ ਆਪਣੇ ਆਪ ਨੂੰ ਮਤ ਮੰਦ ਕਹਿੰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਜਾ ਕੇ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਾਂ। ਇਸ ਤਰ੍ਹਾਂ ਇਨਫੈਰਰਿਟੀ ਘਟੀਆਪਨ ਨਹੀਂ ਪੈਦਾ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਨਾਲ ਅਸੀਂ ਉਸਦੇ ਪ੍ਰਭਾਵ ਹੇਠ ਆਉਂਦੇ ਹਾਂ। ਮੇਰੇ ਦਾਤਾ ਜੀ ਨੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਗੁਰਮੁਖ ਤੋਂ ਛੁੱਟ ਕਿਸੇ ਨੂੰ ਮੱਥਾ ਟੇਕਣੋਂ ਮਨ੍ਹਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜੇ ਮੱਥਾ ਟੇਕੇਗਾ ਤਾਂ ਗੁਨਾਹ ਕਰੇਗਾ। ਫਕੀਰ ਵਿੱਚ ਇਹ ਨਿਯਮ ਵਿਰੁੱਧਤਾ ਹੁੰਦੀ ਹੈ ਕਿ ਜੇ ਆਪਣੀ ਬਾਬਤ ਕੁਝ ਕਹੇ ਤਾਂ ਬਣਦਾ ਨਹੀਂ, ਜੇ ਨਾ ਕਹੇ ਤਾਂ ਵੀ ਠੀਕ ਨਹੀਂ। ਵਾਹਿਗੁਰੂ ਦੀ ਯਾਦ ਨਾਲ ਸਾਈਂ ਦੇ ਨਾਮ ਦੇ ਸਿਮਰਨ ਕੀਤਿਆਂ ਮਨ ਨੇ ਨਿਰਮਲ ਹੋਣਾ ਹੈ। ਜੇ ਇਸ ਸਾਫ ਕੀਤੇ ਮਨ ਵਿੱਚ ਕੋਈ ਫਕੀਰ ਆ ਵੜਿਆ ਜਿਸ ਦਾ ਆਪਣਾ ਮਨ ਹਾਲੇ ਨਿਰਮਲ ਨਹੀਂ ਤਾਂ ਲਾਭ ਕੀ ਹੋਇਆ। ਜਿਸ ਵਾਹਿਗੁਰੂ ਦੇ ਨਾਮ ਦੇ ਸਿਮਰਨ ਨਾਲ ਮਨ ਨਿਰਮਲ ਹੋਇਆ ਹੈ, ਮਨ ਵਿੱਚ ਉਹ ਵਸੇ ਤਾਂ ਚੰਗੀ ਗੱਲ ਹੈ। ਪਾਗਲ ਅਤੇ ਵਿਕਸਿਤ ਬੁੱਧੀ ਪੁਰਸ਼ ਦੇ ਦਿਮਾਗ ਵਿੱਚ ਬਹੁਤ ਥੋੜ੍ਹਾ ਫਰਕ ਹੁੰਦਾ। ਇਸ ਤਰ੍ਹਾਂ ਪਰਮਾਰਥ ਵਿੱਚ ਵੀ ਕਈ ਗੱਲਾਂ ਵਿੱਚ ਥੋੜ੍ਹੇ ਜਿਹੇ ਫਰਕ ਨਾਲ ਬੜਾ ਹਰਜ ਹੋ ਜਾਂਦਾ ਹੈ। ਅਸਾਂ ਵਾਹਿਗੁਰੂ ਅੱਗੇ ਝੁਕਣਾ ਹੈ, ਹੋਰਨਾਂ ਦੇ ਤਰਸ ਦੇ ਪਾਤਰ ਨਹੀਂ ਬਣਨਾ ਹੈ। ਇਹ ਗੱਲ ਮੈਂ ਅੱਗੇ ਵੀ ਆਪ ਨੂੰ ਸੁਣਾਈ ਸੀ ਕਿ ਇੱਕ ਕਥਾ ਹੈ ਕਿ ਸਤਿਗੁਰੂ ਨਾਨਕ ਨੇ ਜਦ ਪਹਿਲਾਂ ਨਾਮਦਾਨ ਦੇਣਾ ਅਤੇ ਉਪਦੇਸ਼ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਇੱਕ ਪੁਰਸ਼ ਆਇਆ। ਉਸ ਨੇ ਗੁਰੂ ਜੀ ਦੀ ਸਿੱਖੀ ਪ੍ਰਵਾਨ ਕੀਤੀ ਅਤੇ ਗੁਰਮਤਿ ਦੀ ਘਾਲ ਕਰਨ ਲੱਗ ਪਿਆ। ਹਾਲੇ ਥੋੜ੍ਹਾ ਚਿਰ ਹੀ ਹੋਇਆ ਸੀ ਸਿੱਖੀ ਵਿੱਚ ਪ੍ਰਵੇਸ਼ ਕੀਤਿਆਂ ਕਿ ਪ੍ਰਲੋਕ ਗਾਮੀ ਹੋ ਗਿਆ। ਸਿੱਖੀ ਪ੍ਰਾਪਤ ਹੋਣ ਤੋਂ ਪਹਿਲਾਂ ਉਸਨੇ ਕੁਝ ਪਾਪ ਕਰਮ ਕੀਤੇ ਹੋਏ ਸਨ ਜਿਨ੍ਹਾਂ ਕਰਕੇ ਉਸਨੂੰ ਯਮਰਾਜ ਦੇ ਪੇਸ਼ ਹੋਣਾ ਪਿਆ ਅਤੇ ਉਸਨੇ ਉਸਨੂੰ ਪਿਛਲੇ ਕਰਮ ਭੁਗਤਾਉਣ ਹਿੱਤ ਨਰਕ ਵਿੱਚ ਭੇਜ ਦਿੱਤਾ। ਇਹ ਸਿੱਖ ਜਦ ਨਰਕ ਵਿੱਚ ਪੁੱਜਾ ਉੱਥੇ ਬਾਰਿਸ਼ ਸ਼ੁਰੂ ਹੋ ਗਈ, ਬੰਦ ਹੀ ਨਾ ਹੋਵੇ। ਜਮਗਣ ਘਬਰਾਏ ਅਤੇ ਨੱਠੇ ਨੱਠੇ ਧਰਮਰਾਜ ਪਾਸ ਆਏ ਅਤੇ ਆ ਕੇ ਕੀ ਦੇਖਦੇ ਹਨ ਕਿ ਪਰਮੇਸ਼ਰ ਆਪ ਤਖ਼ਤ 'ਤੇ ਬੈਠਾ ਹੈ ਅਤੇ ਉੱਤੋਂ ਬਾਰਿਸ਼ ਹੋ ਰਹੀ ਹੈ। ਪਰਮੇਸ਼ਰ ਨੇ ਧਰਮਰਾਜ ਨੂੰ ਹੁਕਮ ਦਿੱਤਾ ਕਿ ਉਸ ਸਿੱਖ ਨੂੰ ਨਰਕ ਵਿੱਚੋਂ ਕੱਢ ਕੇ ਝੱਬ ਹੀ ਸੁਰਗ ਵਿੱਚ ਲੈ ਜਾਵੋ। ਸਤਿਗੁਰੂ ਨਾਨਕ ਨੇ ਲੋਕਾਂ ਦੇ ਦੁੱਖਾਂ 'ਤੇ ਤਰਸ ਖਾ ਕੇ ਦੁਨੀਆਂ ਵਿੱਚ ਜਾ ਕੇ ਹੁਣ ਮੇਰੀ
ਸੀਕ੍ਰੇਟ ਭੇਤ ਦੀ ਗੱਲ ਆਪਣੇ ਸਿੱਖਾਂ ਨੂੰ ਦੱਸ ਦਿੱਤੀ ਹੈ। ਉਹ ਇਹ ਹੈ ਕਿ ਜਿਹੜੇ ਮੇਰਾ ਨਾਮ ਜਪਦੇ ਹਨ ਮੈਂ ਉਹਨਾਂ ਦੇ ਹਿਰਦੇ ਵਿੱਚ ਬੈਠਾ ਹੁੰਦਾ ਹਾਂ। ਤੁਸੀਂ ਇਸ ਸਿੱਖ ਨੂੰ ਨਰਕ ਵਿੱਚ ਭੇਜਿਆ ਹੈ, ਇਹ ਮੇਰਾ ਨਾਮ ਜਪਦਾ ਹੈ ਅਤੇ ਮੈਂ ਇਸ ਦੇ ਹਿਰਦੇ ਵਿੱਚ ਬੈਠਾ ਹਾਂ। ਇਸ ਦੇ ਹਿਰਦੇ ਵਿੱਚ ਬੈਠੇ ਨਰਕ ਵਿੱਚ ਮੈਨੂੰ ਗਰਮੀ ਲੱਗੀ ਅਤੇ ਮੈਨੂੰ ਆਪਣੇ ਸੁੱਖ ਵਾਸਤੇ ਬਾਰਿਸ਼ ਕਰਨੀ ਪਈ। ਧਰਮ ਰਾਏ ਨੇ ਉਸੇ ਵਕਤ ਆਪਣੇ ਜਮਦੂਤਾਂ ਨੂੰ ਹੁਕਮ ਕੀਤਾ ਕਿ ਨਾਮ ਜਪਣ ਵਾਲੇ ਪੁਰਸ਼ਾਂ ਦੇ ਕੋਲ ਕਦੀ ਵੀ ਨਾ ਜਾਣ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਅਣਹਿ ਛੁਟਹਿ ਨਿਕਟ ਨ ਜਾਈਓ ਹਦੂਤ। ਸਾਈਂ ਦੇ ਦਰੋਂ ਬਖਸ਼ਿਆ ਹੋਇਆ ਫਕੀਰ ਮੁਸ਼ਕਲ ਨਾਲ ਮਿਲਦਾ ਹੈ। ਫਰੀਦ ਜੀ ਦਾ ਇਹ ਸਲੋਕ ਪ੍ਰਸਿੱਧ ਹੈ, ਉੱਠ ਫਰੀਦਾ ਗਵਨ ਕਰ ਦੁਨੀਆ ਪਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਵੇ ਤੂੰ ਵੀ ਬਖਸ਼ਿਆ ਜਾ। ਬਖਸ਼ੇ ਹੋਏ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਪਾਣੀ ਉੱਪਰ ਪਏ ਫੁੱਲ ਵਾਂਗੂ ਸੰਸਾਰ ਵਿੱਚ ਤਰਦਾ ਹੈ, ਮਾਇਆ ਦੇ ਮੋਹ ਜਾਂ ਆਪਣੀ ਪ੍ਰਸ਼ੰਸਾ ਦੇ ਹੰਕਾਰ ਵਿੱਚ ਡੁੱਬਦਾ ਨਹੀਂ। ਇਹ ਮਹਾਂਪੁਰਸ਼ ਹੈ ਜਿਹੜਾ ਨਾਮ ਜਪੇ, ਉਹ ਮਹਾਂਪੁਰਸ਼ ਹੈ। ਕਦੇ ਜੇ ਬਾਣੀ ਦੀ ਕਿਸੇ ਤੁਕ ਵਿੱਚ ਮਨ ਅਟਕ ਜਾਵੇ ਤਾਂ ਉਹ ਤੁਕ ਲਗਾਤਾਰ ਪੜ੍ਹੀ ਜਾਣੀ ਵੀ ਵਾਹਿਗੁਰੂ ਦੇ ਨਾਮ ਦਾ ਜਾਪ ਹੈ। ਵਾਹਿਗੁਰੂ ਅਨੰਤ ਹੈ ਅਤੇ ਇਸ ਵਾਸਤੇ ਉਸਦਾ ਸੈਂਟਰ ਕੇਂਦਰ ਹਰ ਜਗ੍ਹਾ ਹੈ। ਇਨਫੀਨਾਈਟ ਅਨੰਤ ਦਾ ਸੈਂਟਰ ਕੇਂਦਰ ਹਰ ਥਾਂ ਹੋਣਾ ਹੋਇਆ, ਉਸਦਾ ਕੇਂਦਰ ਸਾਡੇ ਹਿਰਦੇ ਵਿੱਚ ਵੀ ਹੈ। ਵਾਹਿਗੁਰੂ ਦੇ ਨਾਮ ਸਿਮਰਨ ਨਾਲ ਸਾਨੂੰ ਆਪਣੇ ਅੰਦਰ ਉਸਦੀ ਪ੍ਰਤੀਤੀ ਹੋ ਆਉਂਦੀ ਹੈ ਅਤੇ ਫਿਰ ਅਸੀਂ ਬੈਲਸਡ ਲਾਈਫ ਲਾਈਵ ਕਰਨ ਇਕਸਾਰਤਾ ਵਿੱਚ ਅਡੋਲ ਜੀਵਨ ਜਿਉਣ ਲੱਗ ਜਾਂਦੇ ਹਾਂ। ਬਗੈਰ ਇਸ ਸੈਂਟਰ ਕੇਂਦਰ ਦੀ ਪ੍ਰਤੀਤੀ ਦੇ ਸਾਰੇ ਕੇਂਦਰਹੀਨ ਹੀ ਹਨ। ਕਾਂਟ ਫਿਲਾਸਫੀ ਦੇ ਮੁਤਾਬਕ ਜੀਵ ਅਤੇ ਸੱਚ ਦੇ ਦਰਮਿਆਨ ਟਾਈਮ ਸਪੇਸ ਕੌਸਲਿਟੀ ਕਾਲ ਦੇਸ਼ ਅਤੇ ਨਿਮਿਤ ਦੀ ਵਿੱਥ ਪਈ ਹੋਈ ਹੈ। ਗੁਰਮਤਿ ਅਨੁਸਾਰ ਸਿਮਰਨ ਨਾਲ ਅਸੀਂ ਟਾਈਮ ਕਾਲ ਧਿਆਨ ਨਾਲ ਸਪੇਸ ਦੇਸ਼ ਅਤੇ ਵਾਹਿਗੁਰੂ ਨੂੰ ਕਰਤਾ ਜਾਣ ਕੇ ਅਤੇ ਉਸਦੀ ਰਜਾ ਵਿੱਚ ਰਹਿ ਕੇ ਕੌਸਲਿਟੀ ਨਿਮਿਤ ਨੂੰ ਜਿੱਤਣਾ ਹੈ। ਇਸ ਤਰ੍ਹਾਂ ਜੀਵ ਸੱਚ ਦੇ ਕੋਲ ਪੁੱਜ ਸਕਦਾ ਹੈ। ਇੱਥੋਂ ਸਾਨੂੰ ਸੱਚ ਆਪਣੇ ਵਿੱਚ ਖਿੱਚ ਕੇ ਅਭੇਦ ਕਰ ਲੈਂਦਾ ਹੈ, ਇਹ ਉਸਦਾ ਬਿਰਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।